ਕੁਸ਼ਚਨ ਦੇ ਜਵਾਬ ਦੇ ਰਿਹਾ ਸੀ, ਲੇਕਿਨ ਇਸ ਕੁਸ਼ਚਨ ਦਾ ਜਵਾਬ ਅਲੱਗ ਤੋਂ ਵੀਡੀਓ ਦੇ ਤੌਰ ਤੇ ਦੇ ਰਿਹਾ ਹੈ। ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦੀ ਗ੍ਰੈਜੂਏਸ਼ਨ ਇਨ BSc ਐਗਰੀਕਲਚਰ ਹੈ। ਸਰ, ਆਈ ਹੈਵ ਕੰਪਲੀਟਡ ਮਾਈ ਗ੍ਰੈਜੂਏਸ਼ਨ ਇਨ BSc ਐਗਰੀਕਲਚਰ। ਪਲੀਜ਼ ਤੁਸੀਂ ਦੱਸ ਸਕਦੇ ਹੋ ਕਿ ਕਿਸ ਸਬਜੈਕਟ ਕੰਬੀਨੇਸ਼ਨ ਲੈਣਾ ਚਾਹੀਦਾ ਹੈ BEd ਵਿੱਚ। ਦੇਖੋ, ਜਿਹੜੀ 2023 ਦੇ ਪ੍ਰੋਸਪੈਕਟਸ ਦੇ ਅਨੁਸਾਰ ਜੋ ਗਾਈਡਲਾਈਨ ਹੈ ਉਹਦੇ ਮੁਤਾਬਕ ਤੁਹਾਡਾ ਪੈਡਾਗੋਜੀ ਆਫ ਐਗਰੀਕਲਚਰ ਸਪਸ਼ਟ ਬਣਦਾ ਹੈ, ਲੇਕਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਗਰੀਕਲਚਰ ਦਾ ਸਬਜੈਕਟ, ਪੈਡਾਗੋਜੀ ਆਫ ਐਗਰੀਕਲਚਰ ਦਾ ਸਬਜੈਕਟ ਨਹੀਂ ਦਿੰਦੀ। ਲੇਕਿਨ ਜੇ ਤੁਹਾਡੀ MSc ਐਗਰੀਕਲਚਰ ਵਿੱਚ ਹੈ ਤਾਂ ਤੁਹਾਨੂੰ ਪੈਡਾਗੋਜੀ ਆਫ ਲਾਈਫ ਸਾਇੰਸ ਅਤੇ ਪੈਡਾਗੋਜੀ ਆਫ ਸਾਇੰਸ ਵੀ ਮਿਲ ਸਕਦਾ ਹੈ ਪ੍ਰੋਸਪੈਕਟਸ ਦੇ ਅਨੁਸਾਰ। ਲੇਕਿਨ ਸਿੱਧੇ ਤੌਰ 'ਤੇ ਤੁਸੀਂ ਸਾਇੰਸ ਲਈ ਐਲੀਜੀਬਲ ਗ੍ਰੈਜੂਏਸ਼ਨ ਦੇ ਬੇਸ 'ਤੇ ਨਹੀਂ ਬਣਦੇ। ਦੂਸਰਾ ਕੰਬੀਨੇਸ਼ਨ, ਹਾਂ, ਤੁਹਾਡਾ ਜੇ ਤੁਸੀਂ ਦੱਸਦੇ ਹੋ ਕਿ ਤੁਸੀਂ ਕਿਹੜੀਆਂ ਲੈਂਗੁਏਜਿਸ, ਜੇ 2 ਸਾਲ ਜਾਂ ਕਿੰਨੇ ਸਮੈਸਟਰ ਪੜ੍ਹੀਆਂ ਹਨ, DMC ਦੇਖ ਕੇ ਪਤਾ ਲੱਗ ਸਕਦਾ ਹੈ। ਤਾਂ ਨਾਲ ਤੁਹਾਨੂੰ ਜਿਹੜੀ ਹੈ ਲੈਂਗੁਏਜ ਕੋਈ ਮਿਲ ਸਕਦੀ ਹੈ, ਜੇ ਇੰਗਲਿਸ਼ ਪੜ੍ਹੀ ਹੈ, ਪੰਜਾਬੀ, ਨੋਰਮਲੀ ਇਹੀ 2 ਮੇਨ ਹੋ ਸਕਦੀਆਂ ਨੇ। ਸੋ DMC ਤੁਹਾਡਾ ਦੇਖ ਕੇ ਫਰਦਰ ਗਾਈਡ ਕੀਤਾ ਜਾ ਸਕਦਾ ਹੈ। ਫਿਲਹਾਲ ਤੁਹਾਨੂੰ ਐਲੀਜੀਬਿਲਟੀ ਲਈ MSc ਵਿੱਚ ਜਾਣਾ ਪੜਦਾ ਹੈ, ਅਤੇ ਜੇ ਯੂਨੀਵਰਸਿਟੀ ਇਸ 2024 ਵਿੱਚ ਕੋਈ ਰਿਲੈਕਸੇਸ਼ਨ ਦਿੰਦੀ ਹੈ ਐਗਰੀਕਲਚਰ ਨੂੰ ਸਾਇੰਸ, BSc ਐਗਰੀਕਲਚਰ ਨੂੰ ਸਾਇੰਸ ਦਿੰਦੀ ਹੈ, ਯਾਦ ਰੱਖਣਾ ਮੈਂ ਕਿਹਾ ਹੈ MSc ਐਗਰੀਕਲਚਰ ਨੂੰ ਦੇ ਰਹੀ ਹੈ ਸਾਇੰਸ ਅਤੇ ਜਾਂ ਪੈਡਾਗੋਜੀ ਆਫ ਲਾਈਫ ਸਾਇੰਸ, ਲੇਕਿਨ ਬੈਚਲਰ ਆਫ ਐਗਰੀਕਲਚਰ ਨੂੰ ਨਹੀਂ ਦੇ ਰਹੀ। ਜੇ ਇਸ ਸਾਲ ਦੇਣਗੇ ਤਾਂ ਉਸ ਦੇ ਮੁਤਾਬਕ ਮੈਂ ਅਪਡੇਟ ਕਰ ਦੇਵਾਂਗਾ। ਥੈਂਕ ਯੂ। ਲੇਕਿਨ ਇਹ ਹੋ ਸਕਦਾ ਹੈ ਜੋਬ ਦੇ ਲਈ ਤੁਹਾਨੂੰ ਫਰਦਰ ਗਾਈਡੈਂਸ ਦੀ ਲੋੜ ਹੋਏਗੀ। ਤੁਸੀਂ ਪੁੱਛਦੇ ਰਹੀਓ ਜੋਬ ਕ੍ਰਾਈਟੀਰੀਆਜ਼ ਕੀ ਆਉਂਦੇ ਨੇ ਜਾਂ ਸਾਇੰਸ ਵਾਲਿਆਂ ਨੂੰ ਕੀ ਹੈ, ਲੇਕਿਨ ਉਹ ਵੀ ਇਹੀ ਹੋਣਗੇ ਕਿ MSc ਜੇ ਕੀਤੀ ਹੋਈ ਹੈ ਤਾਂ ਤੁਸੀਂ ਸਾਇੰਸ ਲਈ ਜੋਬ ਲਈ ਐਲੀਜੀਬਲ ਬਣਦੇ ਆ। ਜਿਵੇਂ ਕਿ ਪਿਛਲੀਆਂ 2015 ਜਾਂ 22 ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਉਹਦੇ ਆਧਾਰ 'ਤੇ ਦੱਸ ਰਹੀਆਂ ਹਨ। ਨਰਮੀਆਂ ਵਿੱਚ ਚੇਂਜ ਕੋਈ ਵੀ ਹੋ ਸਕਦਾ ਹੈ, ਇਸ ਲਈ ਮੇਰੀ ਇਨਫੋਰਮੇਸ਼ਨ ਨੂੰ ਐਬਸੋਲਿਊਟ ਨਹੀਂ ਸਮਝਣਾ। ਮੈਂ ਜਿਹੜੀ ਇਨਫੋਰਮੇਸ਼ਨ ਜੋ ਛਪਦਾ ਹੈ ਜਾਂ ਐਡਵਰਟਾਈਜ਼ਮੈਂਟ 'ਚ ਛਪਦਾ ਹੈ ਨਾ, ਉਹਦੇ ਉਹਨੂੰ ਐਨਾਲਾਈਜ਼ ਕਰਕੇ ਤੁਹਾਨੂੰ ਦੱਸਦਾ ਹਾਂ। ਸੋ ਤੁਸੀਂ ਫਰਦਰ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਕਿ ਨਵੀਂ ਐਡਵਰਟਾਈਜ਼ਮੈਂਟ ਕੀ ਆਉਂਦੀ ਹੈ ਜਾਂ ਪ੍ਰੋਸਪੈਕਟਸ BEd ਐਡਮਿਸ਼ਨ ਦਾ ਕੀ ਛਪਦਾ ਹੈ, ਉਹਦੇ ਮੁਤਾਬਕ ਹੋ ਸਕਦਾ ਹੈ। ਥੈਂਕ ਯੂ ਡਾਕਟਰ ਤੀਰਥ ਸਿੰਘ। ਲਰਨ ਟੂ ਐਕਚੁਲਾਈਜ਼।